ਤਾੜੀਆਂ। ਇਹ ਉਹ ਗੀਤ ਉਹਨਾਂ ਗੀਤਾਂ ਦਾ ਰਖਵਾਲਾ ਜਿਹੜੇ ਗੀਤ ਤੁਹਾਡੇ ਜ਼ੁਬਾਨ ਤੇ ਬੋਲਦੇ ਆ। ਸਤਿਕਾਰਯੋਗ ਪਾਵਨ ਅਤੇ ਪਵਿੱਤਰ ਦਰਬਾਰ ਪੀਰ ਬਾਬਾ ਲਾਲਾ ਵਾਲੀ ਸਰਕਾਰ, ਉਹਨਾਂ ਦੇ ਪਾਕ ਅਤੇ ਮੁਕੱਦਸ ਦਰਬਾਰ ਦੇ ਵਿੱਚ ਇਕੱਠੇ ਹੋਏ ਮੇਰੇ ਤਮਾਮ ਬਜ਼ੁਰਗੋ, ਮਤਾਓ, ਭੈਣੋ, ਬੱਚੋ ਅਤੇ ਹਮਉਮਰ ਦੋਸਤੋ, ਸਭ ਤੋਂ ਪਹਿਲਾਂ ਲੱਖ ਦਾਤਾ ਲਾਲਾ ਵਾਲੀ ਸਰਕਾਰ ਦੇ ਇਸ ਮੇਲੇ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਜੀ। ਜਿੰਨੇ ਕਦਮ ਚੱਲ ਕੇ ਤੁਸੀਂ ਸਾਰੇ ਇਸ ਦਰਬਾਰ ਤੇ ਪੁੱਜੇ ਹੋ, ਸਭ ਦਾ ਪੁੱਜਣ ਤੇ ਸਿਰ ਮੱਥੇ ਦਾਤਾ ਜੀ ਤੁਹਾਡੀਆਂ ਸਾਰਿਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਤੁਹਾਡੀਆਂ ਸਾਰਿਆਂ ਦੀਆਂ ਮਨੋਕਾਮਨਾ ਇਸ ਦਰਬਾਰ ਤੋਂ ਪੂਰੀਆਂ ਹੋਣ, ਇਹੋ ਸਾਡੀ ਜੋਦੜੀ ਬੇਨਤੀ ਅਰਦਾਸ ਹੈ। ਸੋ ਮੈਂ ਸਭ ਤੋਂ ਪਹਿਲਾਂ ਇਹ ਸ਼ਹੀਦਾਂ ਦੀ ਧਰਤੀ, ਇਤਿਹਾਸਕ ਧਰਤੀ ਨੂੰ ਕੋਟਨ ਕੋਟ ਸਲਾਮ ਕਰਦਾ, ਕਿਉਂਕਿ ਇਸ ਚਮਕੌਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਅੱਜ ਮੈਨੂੰ ਦੂਸਰੀ ਵਾਰ ਇਸ ਦਰਬਾਰ 'ਤੇ ਹਾਜ਼ਰੀ ਲਵਾਉਣ ਦਾ ਮੌਕਾ ਮਿਲਿਆ। ਸੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ, ਸ਼ੁਕਰਗੁਜ਼ਾਰ ਹਾਂ। ਗਾਇਕੀ ਦੇ ਵਿੱਚ ਜਿਨ੍ਹਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਂਦਾ ਅਤੇ ਲਿਖਿਆ ਜਾਣਾ, ਜਨਾਬ ਦੁਰਗਾ ਰੰਗੀਲਾ ਸਾਹਿਬ, ਇੱਕ ਵਾਰੀ ਤਾੜੀਆਂ ਮਾਰ ਦਿਉ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦੀ ਸੱਦੇ ਦੇ ਉੱਤੇ, ਉਹਨਾਂ ਦੇ ਹੁਕਮ ਸੀ ਕਿ ਅੱਜ ਇਸ ਦਰਬਾਰ 'ਤੇ ਹਾਜ਼ਰੀ ਲਵਾਉਣੀ ਹੈ। ਸੋ ਉਹ ਹੁਕਮ ਨੂੰ ਮੰਨਦੇ ਹੋਏ ਇਸ ਦਰਬਾਰ 'ਤੇ ਛੋਟੀ ਜਿਹੀ ਹਾਜ਼ਰੀ ਲਵਾਉਣ ਆਏ ਹਾਂ, ਕਿਉਂਕਿ ਭਾਅ ਜੀ ਨਾਲ ਪਿਆਰ ਹੈ, ਪਿਆਰ ਤੋਂ ਪਹਿਲਾਂ ਪਰਿਵਾਰਕ ਸਾਂਝ ਹੈ, ਸੰਗੀਤਕ ਸਾਂਝ ਹੈ। ਜਿਹੜੀ ਸੰਗੀਤਕ ਸਾਂਝ ਹੁੰਦੀ ਹੈ ਉਹ ਪਰਿਵਾਰਕ ਸਾਂਝ ਨਾਲੋਂ ਵੀ ਵੱਡੀ ਹੁੰਦੀ ਹੈ। ਸੋ ਭਾਅ ਜੀ ਹਮੇਸ਼ਾ ਤੰਦਰੁਸਤ ਰਹਿਣ, ਚੜ੍ਹਦੀ ਕਲਾ ਵਿੱਚ ਰਹਿਣ, ਕਿਉਂਕਿ ਇਹੋ ਜਿਹਾ ਗਵੱਈਏ ਵੀ ਕਿਤੇ ਕਿਤੇ ਪੈਦਾ ਹੁੰਦੇ ਆ, ਕਿਤੇ ਸਦੀ ਪਲਟ ਜਾਏ ਤਾਂ ਸ਼ਾਇਦ ਕੋਈ ਦੁਰਗਾ ਰੰਗੀਲਾ ਪੈਦਾ ਹੋ ਜਾਏ, ਨਹੀਂ ਤਾਂ ਦੁਰਗਾ ਰੰਗੀਲਾ ਇੱਕੋ ਹੀ ਹੈ, ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ। ਸੋ ਸਾਡੀ ਇਹੋ ਜੋਦੜੀ ਬੇਨਤੀ ਅਰਦਾਸ, ਜੱਸੀ ਭਾਅ ਜੀ ਹੁਣੀ ਬੈਠੇ ਆ, ਸਤਰੰਗ ਐਂਟਰਟੇਨਮੈਂਟ ਦੀ ਸਾਰੀ ਟੀਮ, ਮੇਰੇ ਵੱਡੇ ਭਾਅ ਜੀ ਬਿੱਟੂ ਭਾਅ ਜੀ, ਖੰਨਾ ਸਾਊਂਡ ਸਰਵਿਸ, ਸਾਰਿਆਂ ਦਾ, ਇਹ ਸਾਰਾ ਮਿਊਜ਼ੀਸ਼ੀਅਨ ਪਰਿਵਾਰ ਸਾਡਾ ਆਪਣਾ, ਕੌਸ਼ਲ ਸਾਹਿਬ, ਸਾਰਿਆਂ ਦਾ ਦਰਜਾ ਬਹੁਤ ਬਹੁਤ ਧੰਨਵਾਦ। ਮਾਲਕ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰੇ। ਲਓ ਛੋਟੀਆਂ ਛੋਟੀਆਂ ਜਿੰਨਾ ਕੁ ਹੁਕਮ ਹੋਇਆ ਹਾਜ਼ਰੀਆਂ ਲਵਾਵਾਂਗੇ ਫਿਰ, ਕਿਉਂਕਿ ਹੋਰ ਵੀ ਬਹੁਤ ਫਨਕਾਰ ਆਏ ਆ, ਹੋਰ ਫਨਕਾਰਾਂ ਨੇ ਵੀ ਹਾਜ਼ਰੀ ਲਵਾਉਣੀ, ਅਫਸਰ ਸਾਹਿਬ ਨੇ ਵੀ ਪਹੁੰਚਣਾ, ਚੰਨੀ ਸਾਹਿਬ ਨਾਲ ਬਹੁਤ ਪਿਆਰ ਹੈ ਦੁਰਗਾ ਭਾਅ ਜੀ ਦਾ, ਉਹਨਾਂ ਨੇ ਵੀ ਪਹੁੰਚਣਾ। ਸੋ ਸਾਰਿਆਂ ਦਾ ਦਰਜਾ ਬਹੁਤ ਬਹੁਤ ਧੰਨਵਾਦ। ਲਓ ਕੁਝ ਗਾਣੇ ਨਵੇਂ ਅਤੇ ਪੁਰਾਣੇ, ਇਹ ਗੀਤ ਜਦੋਂ ਮੇਰੀ ਪਹਿਲੀ ਐਲਬਮ ਆਈ ਸੀ ਕਿ ਮਰਜ਼ੀ ਨਹੀਂ ਉਹ ਚੱਲਦੀ ਸਾਡੇ ਪਿੰਡ ਵਿੱਚ ਤੀਆਂ ਦੀ, ਉਹ ਗਾਣਾ ਤੁਹਾਡੇ ਨਾਲ, ਉਸ ਤੋਂ ਬਾਅਦ ਜਿਵੇਂ ਜਿਵੇਂ ਹੁਕਮ। ਅਕਸਰ ਪਿੰਡਾਂ ਦੀਆਂ ਕੁੜੀਆਂ ਦੇ ਜਿਹੜੇ ਜਜ਼ਬਾਤ ਹੁੰਦੇ ਆ, ਸਾਡਾ ਸਮਾਜ ਸਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਕੁੜੀਆਂ ਮਨਮਰਜ਼ੀ ਕਰ ਸਕਣ। ਹਾਲਾਂਕਿ ਇਹ ਪਾਬੰਦੀ ਮੁੰਡਿਆਂ 'ਤੇ ਨਹੀਂ ਲੱਗਦੀ, ਸਿਰਫ ਕੁੜੀਆਂ 'ਤੇ ਲੱਗਦੀ ਹੈ। ਅਕਸਰ ਸਾਡੇ ਸਮਾਜ ਵਿੱਚ ਕੁੜੀਆਂ ਨਾਲ ਧੱਕਾ ਹੁੰਦਾ, ਇਹ ਧੱਕਾ ਅੱਜ ਤੋਂ ਨਹੀਂ ਸਦੀਆਂ ਤੋਂ ਹੁੰਦਾ ਆ ਰਿਹਾ, ਪਰ ਹੁਣ ਬਹੁਤ ਸਮਾਂ ਚੇਂਜ ਹੁੰਦਾ ਜਾ ਰਿਹਾ, ਕਿਉਂਕਿ ਧੀ ਦਾ, ਮਾਂ ਦਾ, ਵਾਈਫ ਦਾ ਅਸੀਂ ਦੇਣਾ ਨਹੀਂ ਦੇ ਸਕਦੇ। ਇਤਿਹਾਸ ਗਵਾਹ, ਦੁਨੀਆਂ ਦੇ ਵਿੱਚ ਜਿਸ ਇਨਸਾਨ ਨੇ ਆਪਣੀ ਮਾਂ ਬਾਪ ਦੀ, ਆਪਣੀ ਧੀ ਦੀ, ਆਪਣੀ ਵਾਈਫ ਦੀ ਕਦਰ ਨਹੀਂ ਕੀਤੀ, ਉਹ ਜ਼ਿੰਦਗੀ 'ਚ ਕਦੇ ਵੀ ਕਿਤੇ ਤਰੱਕੀ ਨਹੀਂ ਕਰ ਸਕਦਾ। ਸੋ ਧੀਆਂ ਦੇ ਹੱਕ ਦੇ ਵਿੱਚ ਇੱਕ ਛੋਟਾ ਜਿਹਾ ਹਾ ਦਾ ਨਾਰਾ ਮਾਰਿਆ ਸੀ। ਹਾਲਾਂਕਿ ਪੱਛਮੀ ਸੱਭਿਆਚਾਰ ਸਾਡੇ 'ਤੇ ਬਹੁਤ ਜ਼ਿਆਦਾ ਭਾਰੂ ਹੋ ਚੁੱਕਾ, ਜੇ ਥੋੜ੍ਹੀ ਬਹੁਤੀ ਸੰਗ ਸ਼ਰਮ ਬਚੀ ਹੈ, ਕਿਉਂਕਿ ਅਸੀਂ ਪੇਂਡੂ ਸੱਭਿਆਚਾਰ ਦੇ ਨਾਲ ਸਾਰੇ ਰਿਲੇਟਡ ਹਾਂ। ਆਓ ਉਸ ਸੰਗ ਨੂੰ, ਉਸ ਸ਼ਰਮ ਨੂੰ ਇਸੇ ਤਰ੍ਹਾਂ ਬਰਕਰਾਰ ਰੱਖੀਏ। ਉਹ ਧੀਆਂ ਦੀ ਗੱਲ ਗੁਰੂ ਜੀ ਜਨਾਬ ਚਰਨਜੀਤ ਹੋਜਾ ਸਾਹਿਬ ਦਾ ਬਣਾਇਆ ਹੋਇਆ ਗੀਤ, ਸੋ ਲਾਲ ਕਮਲ ਭਾਅ ਜੀ ਉਹ ਵੀ ਬੈਠੇ, ਸਾਰਿਆਂ ਦਾ ਦਰਜਾ ਬਹੁਤ ਬਹੁਤ ਧੰਨਵਾਦ।
ਧੀ ਹੁੰਦੀ ਹੈ ਇੱਜ਼ਤ ਮਾਪਿਆਂ ਦੀ ਬਹਿਤਾਂ ਹੀ ਉਹਨਾਂ ਇਹਦਾ ਕਿਸੇ ਧੀ ਰੱਖਿਆ ਇਹ ਘਰ ਬੇਗਾਨੇ ਦੀ ਹੈ ਮਾਇਆ ਤਾਂ ਨਾ ਇਹਦਾ ਕਿਸੇ ਧੀ ਰੱਖਿਆ ਧੀ ਜਦ ਤੋਂ ਜੰਮੀ ਤਦ ਤੋਂ ਅੱਜ ਤਾਈਂ ਅਸੀਂ ਪੁੱਤਾਂ ਬਰੋਬਰ ਹੀ ਸੀ ਨਾ ਰੱਖਿਆ ਆਸਾ ਬੰਦੇ ਦੀ ਕਦੇ ਵੀ ਮੁੱਕਦੀ ਨਹੀਂ ਜਿਹਨੇ ਧੀ ਦਿੱਤੀ ਉਹਨੇ ਧੀ ਰੱਖਿਆ ਅਕਸਰ ਜਦੋਂ ਦਾਨਾਂ ਦੀ ਗੱਲ ਚੱਲਦੀ ਹੈ ਕੋਈ ਬੰਦਾ ਕਹਿੰਦਾ ਕਿ ਮੈਂ ਲੰਗਰ ਲਾਇਆ ਕੋਈ ਕਹਿੰਦਾ ਮੈਂ ਕੰਬਲ ਵੰਡੇ ਕੋਈ ਕਹਿੰਦਾ ਮੈਂ ਛਬੀਲ ਲਗਾਈ ਪਰ ਦੁਨੀਆਂ ਦੇ ਵਿੱਚ ਸਭ ਤੋਂ ਉੱਚਾ ਅਤੇ ਸੁੱਚਾ ਜਿਹੜਾ ਦਾਨ ਹੈ ਉੱਤਮ ਦਾਨ ਹੈ ਉਹ ਧੀ ਦਾਨ ਕਰਨਾ ਹੁੰਦਾ ਧੀਆਂ ਨਾ ਮਹਾਰਾਜਿਆਂ ਨੇ ਨਾ ਰਾਜਿਆਂ ਨੇ ਕਦੀ ਘਰ ਨਹੀਂ ਰੱਖੀਆਂ ਇਹ ਦਸਤੂਰ ਹੈ ਧੀਆਂ ਨੇ ਬਾਬਲ ਦਾ ਬੇੜਾ ਛੱਡ ਕੇ ਸਹੁਰੇ ਘਰ ਜਾਣਾ ਦਸਤੂਰ ਹੈ ਪਰ ਫਿਰ ਵੀ ਧੀਆਂ ਨਾਲ ਹਮੇਸ਼ਾ ਧੱਕਾ ਹੁੰਦਾ ਗੁਰੂ ਨਾਨਕ ਦੇਵ ਜੀ ਆਖਦੇ ਨੇ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਜਿਸ ਔਰਤ ਨੇ ਸਾਰੀ ਕਾਇਨਾਤ ਨੂੰ ਜਨਮ ਦਿੱਤਾ ਜਿਹੜਾ ਬੰਦਾ ਉਸਦਾ ਸਤਿਕਾਰ ਨਹੀਂ ਨਾ ਕਰਦਾ ਉਹ ਤਰੱਕੀ ਨਹੀਂ ਕਰ ਸਕਦਾ ਸੋ ਸ਼ਾਇਰ ਕੀ ਲਿਖਦਾ ਇੱਕ ਗੱਲ ਆਖਾਂ ਦਿਲਦਾਰ ਆਵੇ ਭਾਵੇਂ ਲੱਗਦਾ ਸਾਨੂੰ ਪਿਆਰਾ ਵੇ ਬਸ ਦੁਆ ਸਲਾਮ ਹੀ ਕਾਫੀ ਏ ਦੁਆ ਸਲਾਮ ਹੀ ਕਾਫੀ ਏ ਇਹਨਾਂ ਕੱਚੀਆਂ ਨਹੀਂ ਆਂਦੀ ਬਿੱਟੂ ਭਾਜੀ ਬਹੁਤ ਸਾਰਾ ਪਿਆਰ ਹੋ ਮਰਜ਼ੀ ਨਹੀਂ ਓ ਚੱਲਦੀ ਵੇ ਸਾਡੇ ਪਿੰਡ ਵਿੱਚ ਧੀਆਂ ਦੀ ਅੱਗੇ ਸ਼ਾਇਰ ਕੀ ਲਿਖਦਾ ਮਾਪਿਆਂ ਦੀ ਦਿੱਤੀ ਆਜ਼ਾਦੀ ਨੂੰ ਅਸੀਂ ਇੱਜ਼ਤਾਂ ਨਾਲ ਜਿਉਣਾ ਇੱਕ ਵਾਰੀ ਮਿਲੀ ਹੈ ਜ਼ਿੰਦਗੀ ਨੂੰ ਅਸੀਂ ਖੁਸ਼ੀਆਂ ਵਾਂਗ ਬਤਾਉਣਾ ਅਸੀਂ ਸਿਰ ਵਿੱਚ ਧੂੜ ਪਵਾਉਣੀ ਨਹੀਂ ਸਿਰ ਵਿੱਚ ਧੂੜ ਪਵਾਉਣੀ ਨਹੀਂ ਇਹਨਾਂ ਪਿੰਡ ਦੀਆਂ ਬੀਹਾਂ ਦੀ ਹੋ ਮਰਜ਼ੀ ਨਹੀਂ ਓ ਚੱਲਦੀ ਵੇ ਸਾਡੇ ਪਿੰਡ ਵਿੱਚ ਧੀਆਂ ਦੀ ਲੁੱਕ ਲੁੱਕ ਗੁਰਮਿੰਦਰਾ ਦੁਨੀਆਂ ਤੋਂ ਤੈਨੂੰ ਖੁਸ਼ ਕਰਿਆ ਜਾਣਾ ਅਸੀਂ ਕੱਚਿਆ ਕੱਚ ਕਮਾਉਣਾ ਕੱਚਿਆਂ ਤੇ ਤਰਿਆ ਜਾਣਾ ਅਸੀਂ ਮਹਿਲ ਬਣਾਉਣੇ ਚਾਵਾਂਦੇ ਮਹਿਲ ਬਣਾਉਣੇ ਚਾਵਾਂਦੇ ਸਭ ਪੱਕੀਆਂ ਨਹੀਂ ਆਂਦੀ ਹੋ ਮਰਜ਼ੀ ਨਹੀਂ ਓ ਚੱਲਦੀ ਵੇ ਸਾਡੇ ਪਿੰਡ ਵਿੱਚ ਧੀਆਂ ਦੀ ਹੋ ਮਰਜ਼ੀ ਨਹੀਂ ਓ ਚੱਲਦੀ ਵੇ ਸਾਡੇ ਪਿੰਡ ਵਿੱਚ ਧੀਆਂ ਦੀ ਜਿਹੋ ਜਿਹੇ ਗਾਣੇ ਚੰਗੇ ਲੱਗਦੇ ਤਾੜੀ ਖੁੱਲ੍ਹ ਕੇ ਮਾਰ ਲਿਆ ਕਰੋ ਬਾਕੀ ਵੱਢ ਦੋ ਟੁੱਕ ਦੋ ਚੱਕ ਲਓ ਉਹਨਾਂ ਗਾਣੇ 'ਤੇ ਤਾੜੀਆਂ ਬਹੁਤ ਵੱਜਦੀਆਂ